ਮੈਂ ਤੁਹਾਡਾ ਆਪਣਾ ਨਵਦੀਪ ਸਿੰਘ ਲੁਧਿਆਣਵੀ ਸਵਾਗਤ ਕਰਦਾ ਜੀ ਆਪਣੇ ਓਫੀਸ਼ੀਅਲ ਯੂਟਿਊਬ ਚੈਨਲ ਨਵਦੀਪ ਸਿੰਘ ਲੁਧਿਆਣਵੀ 'ਤੇ। ਠੀਕ ਹੈ ਜੀ, ਅੱਜ ਮੈਂ ਜਿਹੜੇ ਆਪਣੇ ਵੀਰਾਂ ਲਈ ਦਸਤਾਰ ਦਾ ਟਿਊਟੋਰੀਅਲ ਲੈ ਕੇ ਆਇਆ, ਉਹ ਇਸ ਦਸਤਾਰ ਦਾ ਟਿਊਟੋਰੀਅਲ ਲੈ ਕੇ ਆਇਆ। 6 ਮੀਟਰ ਦੀ ਦਸਤਾਰ ਹੈ ਜੀ, ਕਲਰ ਤੁਸੀਂ ਦੇਖ ਸਕਦੇ ਹੋ, ਰੂਬੀਆ ਵੈਲ ਕੈਮੀਕਲ ਕਲੋਥ ਹੈ ਜੀ। ਕੱਪੜਾ ਤੁਸੀਂ ਜਿਹੜਾ ਮਰਜ਼ੀ ਸਜਾਵੇ ਹੋ, ਠੀਕ ਹੈ, ਤੁਸੀਂ ਉਸੇ ਕੱਪੜੇ ਦੀ ਦਸਤਾਰ ਲਓ। ਜ਼ਰੂਰੀ ਨਹੀਂ ਤੁਸੀਂ ਰੂਬੀਆ ਵੈਲ ਕੈਮੀਕਲ ਹੀ ਲੈਣਾ ਜਾਂ ਰੂਬੀਆ ਵੈਲ ਲੈਣਾ ਜਾਂ ਫੁੱਲ ਵੈਲ ਲੈਣਾ, ਤੁਸੀਂ ਉਹ ਕੱਪੜਾ ਯੂਜ਼ ਕਰੋ ਜਿਹੜਾ ਤੁਹਾਨੂੰ ਸਹੀ ਲੱਗਦਾ, ਜਿਹੜਾ ਤੁਸੀਂ ਸ਼ੁਰੂ ਤੋਂ ਬੰਨਦੇ ਆ ਰਹੇ ਹੋ, ਠੀਕ ਹੈ। ਅਤੇ ਬਸ ਸਾਨੂੰ ਸਜਾਉਣ ਦੀ ਕੋਸ਼ਿਸ਼ ਕਰਨੀ ਹੈ ਇਸ ਤਰੀਕੇ ਨਾਲ। ਇਹ ਜ਼ਰੂਰ ਮੈਂ ਮੰਨਦਾ ਕਿ ਕੱਪੜਿਆਂ ਦੀ ਥੋੜ੍ਹੀ ਜਿਹੀ ਮੋਟਾਈ ਦੇ ਵਿੱਚ ਫਰਕ ਹੁੰਦਾ, ਅਤੇ ਤੁਸੀਂ ਇਸ ਕਾਰਨ ਕੱਪੜਾ ਬਦਲ ਸਕਦੇ ਹੋ। ਪਰ ਜੇ ਤੁਸੀਂ ਕਹੋ ਕਿ ਤੁਸੀਂ ਆਪਣੀ ਚੋਇਸ ਸਾਈਡ 'ਤੇ ਰੱਖ ਕੇ ਕੱਪੜਾ ਬਦਲਣਾ ਤਾਂ ਨਹੀਂ, ਜੇ ਤੁਸੀਂ ਚਾਹੋ ਤਾਂ ਇਸ ਸ਼ੇਪ ਦੇ ਵਿੱਚ ਵੀ ਉਸ ਦਸਤਾਰ ਨੂੰ ਸਜਾ ਸਕਦੇ ਹੋ। ਬਸ ਥੋੜ੍ਹਾ ਤੁਹਾਨੂੰ ਤਰੀਕਾ ਆਉਣਾ ਚਾਹੀਦਾ, ਉਸ ਦਸਤਾਰ ਨੂੰ ਥੋੜ੍ਹਾ ਢਿੱਲਾ ਸਜਾਉਣਾ ਪਏਗਾ, ਥੋੜ੍ਹਾ ਫਲੱਫੀ ਸਜਾਉਣਾ ਪਏਗਾ ਉਸ ਦਸਤਾਰ ਨੂੰ, ਠੀਕ ਹੈ। ਅਤੇ ਜੇ ਤੁਹਾਡਾ ਮਨ ਹੋਵੇ ਰੂਬੀ ਵੈਲ ਕੈਮੀਕਲ ਲੈਣ ਦਾ, ਤਾਂ ਤੁਸੀਂ ਉਹ ਵੀ ਦਸਤਾਰ ਸਜਾ ਸਕਦੇ ਹੋ, ਠੀਕ ਹੈ। ਹੁਣ ਤੁਹਾਨੂੰ ਇਸ ਦਸਤਾਰ ਦਾ ਟਿਊਟੋਰੀਅਲ ਦੇਵਾਂਗੇ ਜਿਹੜੀ ਹੈਗੀ ਆ ਪਟਿਆਲਾ ਸ਼ਾਹੀ ਸ਼ੇਪ ਦੇ ਵਿੱਚ 6 ਮੀਟਰ ਦੀ ਦਸਤਾਰ ਵਟਾ ਵਾਲੀ। ਇਹਦਾ ਟਿਊਟੋਰੀਅਲ ਅਸੀਂ ਸਟੈਪ ਬਾਏ ਸਟੈਪ ਤੁਹਾਨੂੰ ਦੇਵਾਂਗੇ, ਆਪਾਂ ਤੁਹਾਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਮਝਾਵਾਂਗੇ ਥੋੜ੍ਹੀ ਜਿਹੀ। ਤਾਂ ਸੇਮ ਜਿਸੜ ਵੀ ਵਰਗੀ ਦਸਤਾਰ ਸਜਾਈਏ ਆਪਾਂ ਵਟਾ ਵਾਲੀ, ਅਤੇ ਹੁਣ ਆਪਾਂ ਦਸਤਾਰ ਦਾ ਟਿਊਟੋਰੀਅਲ ਸ਼ੁਰੂ ਕਰਦੇ ਹਾਂ। ਇਸ ਦਸਤਾਰ ਨੂੰ ਸਜਾਉਣ ਲਈ ਅਸੀਂ ਇਸ ਸਾਈਡ 'ਤੇ ਇਕੱਲਾ ਜੂੜਾ ਕਰਾਂਗੇ, ਇਹਦੇ ਨਾਲ ਅਸੀਂ ਕੋਈ ਬੇਸ ਨਹੀਂ ਰੱਖਣਾ, ਕਿਉਂਕਿ ਆਪਾਂ 6 ਮੀਟਰ ਦੀ 5 ਪੇਚਾਂ ਵਾਲੀ ਵਟਾ ਵਾਲੀ ਦਸਤਾਰ ਸਜਾਉਣ ਜਾ ਰਹੇ ਹਾਂ। ਇਸ ਲਈ ਬੇਸ ਸਾਨੂੰ ਵੱਡਾ ਬੰਨਣ ਦੀ ਲੋੜ ਨਹੀਂ ਹੈਗੀ। ਛੋਟੀ ਦਸਤਾਰ ਅਸੀਂ ਇਸ ਲਈ ਸਜਾ ਰਹੇ ਕਿਉਂਕਿ ਆਪਾਂ ਦਿਖਾਉਣਾ ਵੀ ਛੋਟੀ ਹੀ ਹੈ ਦਸਤਾਰ ਨੂੰ, ਇਸ ਲਈ ਆਪਾਂ ਬੇਸ ਜ਼ਿਆਦਾ ਵੱਡਾ ਨਹੀਂ ਬੰਨਣਾ। ਤੁਹਾਡੇ ਲਈ ਮੈਂ ਬੇਸ ਵੱਡਾ ਕਰਕੇ ਇਸ ਦਸਤਾਰ ਦਾ ਟਿਊਟੋਰੀਅਲ ਵੀ ਲੈ ਆਊਂਗਾ, ਪਰ ਨੈਕਸਟ ਟਿਊਟੋਰੀਅਲ ਦੇ ਵਿੱਚ ਜਦੋਂ ਵੀ ਮੈਂ ਅੱਗੇ ਕਿਤੇ ਫ੍ਰੀ ਹੋਇਆ ਤਾਂ ਇਸ ਲਈ ਮੈਂ ਟਿਊਟੋਰੀਅਲ ਲੈ ਆਊਂਗਾ। ਹੁਣ ਮੈਂ ਤੁਹਾਨੂੰ ਬੰਨ ਕੇ ਦਿਖਾਉਂਦਾ ਜੀ ਇਹ ਦਸਤਾਰ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਹੈ ਜੀ, ਆਪਾਂ ਲੈਫਟ ਸਾਈਡ 'ਤੇ ਇਕੱਲਾ ਜੂੜਾ ਕਰਨਾ, ਨਾਲ ਕੋਈ ਬੇਸ ਨਹੀਂ ਰੱਖਣਾ, ਕਿਉਂਕਿ ਆਪਾਂ ਪਟਿਆਲਾ ਸ਼ਾਹੀ ਦਸਤਾਰ ਦੀ ਸ਼ੇਪ ਬਣਾਉਣੀ ਹੈ ਬਸ। ਇਸ ਲਈ ਇਕੱਲਾ ਜੂੜਾ ਕਰਨਾ ਲੈਫਟ ਸਾਈਡ 'ਤੇ ਇਸ ਤਰੀਕੇ ਨਾਲ, ਢਿੱਲਾ ਜੂੜਾ ਕਰਨਾ, ਜ਼ਰਾ ਟਾਈਟ ਨਹੀਂ ਕਰਨਾ। ਇਸ ਗੱਲ ਦਾ ਬਖੂਬੀ ਧਿਆਨ ਰੱਖਿਓ ਮੇਰੇ ਸਾਰੇ ਵੀਰ। ਫਿਰ ਇਸ ਤਰ੍ਹਾਂ ਪੰਨੇ ਨੂੰ ਉੱਪਰੋਂ ਲਿਆ ਕੇ ਇਹ ਜਗ੍ਹਾ ਲਗਾ ਲੈਣਾ, ਪਿੱਛੇ 2 ਕੱਠਾਂ ਮਾਰਾਂਗੇ ਆਪਾਂ ਇਸ ਤਰੀਕੇ ਨਾਲ। ਫਿਰ ਸਿਲਾਈ ਦੀ ਮਦਦ ਨਾਲ ਆਪਾਂ ਹਰ ਇੱਕ ਹਿੱਸੇ ਤੋਂ ਜਿਹੜੇ ਕੇਸ ਨੇ ਆਪਣੇ ਉਹਨਾਂ ਨੂੰ ਅੰਦਰ ਕਰਾਂਗੇ ਆਰਾਮ ਨਾਲ। ਇਹ ਬੜਾ ਸਪੈਸ਼ਲ ਟਿਊਟੋਰੀਅਲ ਹੈ ਜੀ ਮੇਰੇ ਛੋਟੇ ਵੀਰਾਂ ਲਈ, ਜਿਹੜੇ ਕਿ ਕਹਿ ਰਹੇ ਸੀਗੇ ਕਿ 5 ਲੜਾਂ ਵਾਲੀ ਦਸਤਾਰ ਦੇ ਵਿੱਚ, ਬਲਕਿ ਜਿਹੜੀ 6 ਮੀਟਰ ਦੀ ਦਸਤਾਰ ਹੁੰਦੀ ਉਹਦੇ ਵਿੱਚ ਤੁਸੀਂ ਵਟਾ ਵਾਲੀ ਦਸਤਾਰ ਦਾ ਟਿਊਟੋਰੀਅਲ ਲੈ ਕੇ ਆਓ, ਠੀਕ ਹੈ ਜੀ। ਇਹ ਮੇਰੇ ਉਹਨਾਂ ਵੀਰਾਂ ਲਈ ਹੈ। ਤੁਸੀਂ 5 ਲੜਾਂ ਵਾਲੀ ਚਾਹੇ ਜਿੰਨੇ ਮਰਜ਼ੀ ਮੀਟਰ ਦਸਤਾਰ ਸਜਾਉਂਦੇ ਹੋ, ਚਾਹੇ ਉਹ 5.5 ਹੋਵੇ, ਚਾਹੇ ਹੋਵੇ 4.5, ਚਾਹੇ ਹੋਵੇ 6 ਮੀਟਰ, ਚਾਹੇ ਹੋਵੇ 6.5 ਮੀਟਰ, ਠੀਕ ਹੈ ਜੀ। ਤੁਸੀਂ ਇਸੇ ਤਰੀਕੇ ਨਾਲ ਇਸ ਦਸਤਾਰ ਨੂੰ ਸਜਾਉਣਾ ਹੈ। ਬੇਸ ਨੂੰ ਆਪਾਂ ਉਸੇ ਤਰੀਕੇ ਨਾਲ ਬਣਾਂਗੇ ਜਿਵੇਂ ਬੰਨਦੇ ਹਾਂ। ਇਸ ਪੇਜ ਨੂੰ ਜ਼ਿਆਦਾ ਉੱਪਰ ਨਹੀਂ ਲੈ ਕੇ ਜਾਣਾ ਆਪਾਂ, ਕਿਉਂਕਿ ਆਪਾਂ ਛੋਟੀ ਦਸਤਾਰ ਸਜਾਉਂਦੇ ਹਾਂ 5 ਲੜਾਂ ਲਈ, ਇਸ ਲਈ ਇਹਨਾਂ ਪੇਚਾਂ ਦਾ ਦਾਇਰਾ ਵੀ ਆਪਣਾ ਹੋਵੇਗਾ ਓਨਾ ਹੀ, ਪਰ ਥੋੜ੍ਹਾ ਨੀਵਾਂ ਰੱਖਾਂਗੇ। ਤਾਂ ਇਸ ਪੱਲੇ ਨੂੰ ਆਪਾਂ ਇਸ ਤਰ੍ਹਾਂ ਲਗਾ ਲੈਣਾ ਅਤੇ ਕੰਨ ਦੇ ਉੱਪਰ ਲਗਾ ਲੈਣਾ। ਕੰਨ ਦੇ ਉੱਪਰ ਲਗਾਉਣ ਦਾ ਇਹ ਫਾਇਦਾ ਹੁੰਦਾ ਸਾਨੂੰ ਕਿ ਜਿਹੜਾ ਆਪਣਾ ਕੰਨ ਪਹਿਲਾਂ ਹੀ ਦੱਬਿਆ ਜਾਂਦਾ ਅਤੇ ਦਸਤਾਰ ਤੋਂ ਬਾਹਰ ਨਹੀਂ ਜਾਂਦਾ, ਅਤੇ ਬਾਕੀ ਬਾਅਦ ਹਿੱਸੇ ਨੂੰ ਅਸੀਂ ਇਸ ਜਗ੍ਹਾ 'ਤੇ ਲਗਾ ਦੇਣਾ ਇਸ ਤਰੀਕੇ ਨਾਲ। ਫਿਰ ਸਿਲਾਈ ਦੀ ਮਦਦ ਨਾਲ 50 ਨੂੰ ਸੈੱਟ ਕਰਾਂਗੇ। ਫਿਰ ਇਹਦੇ ਉੱਤੇ ਆਪਾਂ 50 ਬੰਨਾਂਗੇ ਜਿਹੜੀ ਆਪਾਂ ਹਮੇਸ਼ਾ ਦੀ ਤਰ੍ਹਾਂ ਬੰਨਦੇ ਹੁੰਦੇ ਹਾਂ। ਆ ਜੀ ਆਪਣੀ 1.50 ਮੈਜਿਕ, ਤੁਸੀਂ ਕੋਈ ਵੀ ਕਰ ਸਕਦੇ ਹੋ, ਬਟ ਮੇਰੀ ਫੇਵਰੇਟ 50 ਜਿਹੜੀ ਆ ਮੈਂ ਉਹ ਬੰਨ ਰਹੀ। ਇਹਦੇ ਵਿੱਚ 50 'ਚ ਅਸੀਂ 1 ਕੱਟ ਮਾਰਾਂਗੇ ਪਿੱਛੇ ਇਸ ਜਗ੍ਹਾ 'ਤੇ ਇਸ ਤਰ੍ਹਾਂ, ਅਤੇ ਬਾਕੀ ਪਾਸੇ ਦੇ ਹਿੱਸੇ ਅਸੀਂ ਇਸ ਤਰ੍ਹਾਂ ਅੰਦਰ ਲਗਾ ਲੈਣਾ, ਤਾਂ ਜੋ ਆਪਣੀ 50 'ਚ ਇੱਥੇ ਜ਼ਿਆਦਾ ਗੱਠਾਂ ਨਾ ਹੋਣ। ਜੇ ਜ਼ਿਆਦਾ ਗੱਠਾਂ ਆਈਆਂ ਤਾਂ ਉਹ ਤੁਹਾਡੇ ਸਿਰ 'ਚ ਖੁਭਣਗੀਆਂ, ਠੀਕ ਹੈ। ਸਮਝ ਲਈ ਹੁਣ ਮੇਰੇ ਸਾਰੇ ਵੀ। ਹੁਣ ਆਪਾਂ ਦਸਤਾਰ ਸਜਾਉਣੀ ਸ਼ੁਰੂ ਕਰਦੇ ਹਾਂ ਜੀ, ਸਟੈਪ ਬਾਏ ਸਟੈਪ ਤੁਹਾਨੂੰ ਸਾਰੇ ਟਿਊਟੋਰੀਅਲ ਦੇਵਾਂਗੇ। ਜੇ ਮੇਰੇ ਵੀਰਾਂ ਨੂੰ ਪਸੰਦ ਆਏ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਮੇਰੇ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ। ਹੁਣ ਆਪਾਂ ਤੁਹਾਨੂੰ ਦਸਤਾਰ ਸਜਾਉਣੀ ਦੱਸਦੇ ਹਾਂ ਜੀ। ਸਭ ਤੋਂ ਪਹਿਲਾਂ ਤਾਂ ਪੇਜ ਨੂੰ ਇੱਥੇ ਖੋਲ੍ਹ ਲੈਣਾ, ਜਿਹੜੀ ਦਸਤਾਰ ਦੀ ਪੂਣੀ ਉਹ ਕੀਤੀ ਹੋਈ ਜੀ, ਮਸਾਂ 1.5 ਗੇਠਾਂ 'ਚ ਚੌੜੀ ਪੂਣੀ ਕੀਤੀ, 1.5
ਡੇਢ ਮਤਲਬ ਇੱਕ ਪਲੱਸ ਅੱਧੀ, ਅੱਧੀ ਤੋਂ ਥੋੜ੍ਹੀ ਜਿਹੀ ਘੱਟ ਕਰ ਲਿਓ ਕੋਈ ਪ੍ਰੋਬਲਮ ਨਹੀਂ, ਪਰ ਵੱਧ ਨਾ ਕਰਿਓ ਕਿਉਂਕਿ ਜ਼ਿਆਦਾ ਚੌੜੀ ਪੂਣੀ ਨਹੀਂ ਚਾਹੀਦੀ ਸਾਨੂੰ। ਹੁਣ ਇਸ ਤਰ੍ਹਾਂ ਪੇਚ ਨੂੰ ਲੈ ਆਉਣਾ, ਮੂੰਹ 'ਚ ਲਗਾ ਲੈਣਾ, ਦੰਦ ਦੇ ਵਿੱਚ ਫਸਾਉਣਾ, ਨਾ ਕਿ ਇਹਨੂੰ ਮੂੰਹ ਦੇ ਵਿੱਚ ਲਗਾਉਣਾ, ਇਹਦੇ ਨਾਲ ਪੇਚ ਜ਼ਿਆਦਾ ਗਿੱਲਾ ਨਹੀਂ ਹੋਏਗਾ। ਪਹਿਲੇ ਪੇਚ ਨੂੰ ਅਸੀਂ ਇਸ ਤਰ੍ਹਾਂ ਲੱਗਣਾ, ਦੋਨੋਂ ਪੱਲੇ ਇਸ ਤਰ੍ਹਾਂ ਖੋਲ ਲੈਣਗੇ ਆਪਾਂ ਬਾਹਰ ਨੂੰ। ਹੁਣ ਪਹਿਲਾਂ ਤਾਂ ਅਸੀਂ ਪਹਿਲੇ ਪੇਜ ਦੇ ਵਿੱਚ ਜਿੰਨੇ ਹੋ ਸਕਣ ਉਨੇ ਵੱਟ ਬਣਾਵਾਂਗੇ, ਇਸ ਤਰੀਕੇ ਨਾਲ ਇਹਨਾਂ ਨੂੰ ਇੱਦਾਂ ਇਕੱਠੇ ਕਰ ਲੈਣਾ। ਇੱਕ ਜਗ੍ਹਾ 'ਤੇ ਇਕੱਠੇ ਕਰ ਲੈਣਾ ਸਾਰਿਆਂ ਨੂੰ। ਹੁਣ ਇੱਥੇ ਵੱਟ ਪਾਵਾਂਗੇ ਇਹਨਾਂ 'ਚ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਇਸ ਰਾਜ ਦਾ ਆਪਾਂ ਸੈਂਟਰ ਬਣਾਉਣਾ, ਤਾਂ ਜੋ ਆਪਣੀ ਜੇ ਪੇਜ ਖਿਸਕੇ ਵੀ ਤਾਂ ਥੋੜ੍ਹਾ ਸੈਂਟਰ 'ਚ ਆਵੇ, ਨਾ ਕਿ ਹੋਰ ਜਾਵੇ ਸੈਂਟਰ 'ਚ। ਅਤੇ ਫਿਰ ਆਪਾਂ ਅੱਧੀ ਅੱਖ ਢੱਕਾਂਗੇ, ਅੱਧੀ ਗਲ ਢੱਕ ਲੈਣੀ ਇਹਨਾਂ, ਠੀਕ ਹੈ ਜੀ। ਅਤੇ ਉਪਰਲੇ ਹਿੱਸੇ ਦਾ ਥੋੜ੍ਹਾ ਕੰਨ ਛੱਡ ਦਾਂਗੇ, ਅਤੇ ਇਸ ਤਰ੍ਹਾਂ ਫੇਸ ਨਾਲ ਘੁੰਮ ਜਾਣਾ ਹੈ। ਘੁੰਮਣ ਦਾ ਫਾਇਦਾ ਇਹ ਹੁੰਦਾ ਕਿ ਆਪਣੀ ਪੂਣੀ ਆ ਜਿਹੜੀ ਖੁੱਲ੍ਹਦੀ ਨਹੀਂ ਹੈਗੀ, ਠੀਕ ਹੈ ਜੀ। ਇਸ ਤਰ੍ਹਾਂ ਫੇਸ ਨੂੰ ਖਿੱਚ ਲੈਣਾ ਨੀਚੇ ਨੂੰ, ਦੋਨੋਂ ਪੱਲਿਆਂ ਨੂੰ ਬਰਾਬਰ ਕਰ ਲੈਣਾ। ਪਿਛਲੇ ਹਿੱਸੇ ਤੋਂ ਇਸ ਤਰ੍ਹਾਂ ਚੁੰਬੀ ਹੋਰ ਕੇ ਫੇਸ ਨੂੰ ਲਗਾ ਲੈਣਾ। ਇੱਥੇ ਦੇਖੋ ਜੀ ਆਪਾਂ ਪੰਜ ਵਿੱਚਾਂ ਜੀ ਪਟਿਆਲਾ ਸ਼ਹੀਦ ਦਸਤਾਰ ਦੀ ਸ਼ੇਪ ਦੇ ਵਿੱਚ ਪਟਿਆਲੀ ਦਸਤਾਰ ਚ ਲੈਣੇ। ਇਸ ਲਈ ਇਸ ਗੱਲ ਦਾ ਧਿਆਨ ਰੱਖਿਆ ਕਿ ਇਹ ਲੜ ਜ਼ਿਆਦਾ ਉੱਚਾ ਨਹੀਂ ਲਗਾਉਣਾ ਆਪਾਂ, ਇਸ ਤਰੀਕੇ ਨਾਲ ਲਗਾ ਲੈਣਾ। ਹੁਣ ਤੁਸੀਂ ਚਾਹੋ ਤਾਂ ਦੋਨੋਂ ਪੱਲਿਆਂ ਦੇ ਵੱਟ ਬਣਾ ਸਕਦੇ ਹੋ, ਚਾਹੇ ਉੱਪਰਲਾ ਪੱਲਾ ਹੋਵੇ ਚਾਹੇ ਨੀਚਲਾ ਪੱਲਾ ਹੋਵੇ। ਇਸ ਤਰ੍ਹਾਂ ਖੋਲ ਲਿਆ ਨੀਚਲੇ ਪੱਲੇ ਨੂੰ ਵੀ, ਮੈਂ ਤਾਂ ਉੱਪਰਲੇ ਪੱਲੇ ਦੇ ਵੱਟ ਬਣਾ ਲਿਓ ਤਾਂ ਜੋ ਵੱਟ ਜ਼ਿਆਦਾ ਹੋਵੇ, ਇਸ ਲਈ ਕਹਿ ਰਿਹਾ ਮੈਂ। ਜੇ ਘੱਟ ਬਣਾਉਣੇ ਨੇ ਤਾਂ ਤੁਸੀਂ ਇਕੱਲੇ ਉੱਪਰਲੇ ਹਿੱਸੇ ਦੇ ਵੀ ਵੱਟ ਬਣਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਵੱਧ ਵੱਟ ਬਣਾ ਸਕਦੇ ਹੋ ਨਿਚਲੇ ਹਿੱਸੇ ਦਾ ਵੀ ਯੂਜ ਕਰਕੇ ਦਸਤਾਰ ਦੇ। ਇਸ ਤਰੀਕੇ ਨਾਲ ਪੇਜ ਨਾਲ ਵੱਟ ਬਣਾ ਲੈਣੇ ਨੇ ਜੀ, ਇਹ ਜਗ੍ਹਾ 'ਤੇ ਰੱਖ ਦੇਣਾ ਹੈ। ਹੌਲੀ ਹੌਲੀ ਕਰਕੇ ਹੱਥ ਦੀ ਮਲ ਨਾਲ ਵੱਟ ਵਧਾ ਲੈਣੇ ਨੇ ਆਪਾਂ, ਠੀਕ ਜੀ। ਇਸ ਤਰੀਕੇ ਨਾਲ ਕਰ ਲੈਣਾ ਸੈਟਲ। ਸਾਰੀ ਗੱਲ ਮੇਰੇ ਸਾਰੇ ਵੀ ਇਸ ਤਰ੍ਹਾਂ ਪੇਸ਼ ਨੂੰ ਲਗਾ ਲੈਣਾ, ਬਟ ਵੀ ਥੋੜ੍ਹੇ ਤਰੀਕੇ ਨਾਲ ਪਾਉਣੇ ਨੇ। ਇਹ ਨਹੀਂ ਹੋਣਾ ਚਾਹੀਦਾ ਕਿ ਕਿਤੇ ਬਟ ਜ਼ਿਆਦਾ ਦਿਖ ਰਹੇ ਨੇ ਕਿਤੇ ਘੱਟ ਦਿਖ ਰਹੇ ਨੇ, ਇੱਦਾਂ ਦਾ ਕੁਛ ਨਹੀਂ ਦਿਖਣਾ ਚਾਹੀਦਾ ਸਾਡੀ ਦਸਤਾਰ ਦੇ ਵਿੱਚ। ਇਸ ਤਰ੍ਹਾਂ ਬਟ ਪਾ ਲੈਣੇ ਨੇ ਅਤੇ ਇਸ ਤਰ੍ਹਾਂ ਘੁੰਮ ਜਾਣਾ। ਹੁਣ ਆਪਾਂ ਲਗਾਉਣ ਜਾਂਦੇ ਹਾਂ ਜੀ ਸੈਕਿੰਡ ਪੇਜ, ਮਤਲਬ ਕਿ ਥਰਡ ਪੇਜ ਇੱਧਰੋਂ, ਇਹਦੇ ਉੱਪਰ ਸੈਕਿੰਡ ਪੇਜ ਇਸ ਤਰ੍ਹਾਂ ਪਿੱਛੇ ਚੰਗੀ ਵੱਲ ਕੇ ਇਸ ਪੇਜ ਤੋਂ ਥੋੜ੍ਹਾ ਨੀਵਾਂ ਲਗਾਉਣਾ ਇਸ ਪੇਜ ਨੂੰ ਇਸ ਤਰੀਕੇ ਨਾਲ। ਉੱਪਰਲੇ ਹਿੱਸੇ ਦਾ ਮੋਟਾ ਕਰਾਂਗੇ ਇਸ ਪੇਜ ਨੂੰ ਵੀ। ਇੱਕ ਗੱਲ ਦਾ ਧਿਆਨ ਰੱਖਿਆ ਕਿ ਇਸ ਪੇਜ ਨਾਲ ਅਸੀਂ ਕੰਨ ਨੂੰ ਥੋੜ੍ਹਾ ਫੋਲਡ ਕਰ ਦੇਣਾ, ਕੰਨ ਨੂੰ ਫੋਲਡ ਕਰਨ ਦਾ ਇਹ ਫਾਇਦਾ ਹੋ ਜਾਂਦਾ, ਮਤਲਬ ਕਿ ਦੱਬਣ ਦਾ ਇਹ ਫਾਇਦਾ ਹੋ ਜਾਂਦਾ ਕਿ ਕੰਨ ਆਪਣਾ ਬਾਹਰ ਨਹੀਂ ਦਿਖੇਗਾ ਜਦੋਂ ਆਪਣੀ ਦਸਤਾਰ ਸੱਜ ਗਈ ਪੂਰੀ। ਪਹਿਲਾਂ ਉੱਪਰਲੇ ਹਿੱਸੇ ਦੇ ਵੱਟ ਬਣਾਵਾਂਗੇ ਅਸੀਂ ਇਸ ਤਰੀਕੇ ਨਾਲ, ਫਿਰ ਨਿਚਲੇ ਹਿੱਸੇ ਦੇ। ਇਸ ਤਰੀਕੇ ਨਾਲ ਰੱਖ ਲੈਣਾ ਪੇਚਾਂ ਨੂੰ, ਦੋਨਾਂ ਨੂੰ। ਪਹਿਲਾਂ ਨਿਚਲੇ ਹਿੱਸੇ ਦੇ ਵੱਟ ਬਣਾ ਲਾਂਗੇ ਜਿੰਨੇ ਕੁ ਬਣਦੇ ਆ, ਫਿਰ ਉੱਪਰਲੇ ਹਿੱਸੇ ਦੇ ਬਣਾ ਲਾਂਗੇ। ਫਿਰ ਇਹਨਾਂ ਨੂੰ ਇਸ ਜਗ੍ਹਾ 'ਤੇ ਇਸ ਤਰ੍ਹਾਂ ਲਗਾ ਲੈਣਾ। ਇੱਕ ਗੱਲ ਦਾ ਧਿਆਨ ਰੱਖਿਆ ਕਿ ਪੇਚਾਂ ਦੇ ਵਿੱਚ ਇਹ ਸਪੇਸ ਆ ਵੀ ਮੇਨਟੇਨ ਰੱਖਿਓ, ਕਿਉਂਕਿ ਆਪਾਂ ਪਟਿਆਲਾ ਸ਼ਹੀਦ ਦਸਤਾਰ ਦੀ ਸ਼ੇਪ ਦੇ ਵਿੱਚ ਪਟਿਆਲਾ ਦਸਤਾਰ ਸਜਾਉਣੀ ਆ।
ਤੇ ਆਪਣੀ ਜਿਹੜੀ ਦਸਤਾਰ ਨਾ ਥੋੜ੍ਹੀ ਜਿਹੀ ਫੁੰਮੀ ਦਿਖਾਉਣ ਲਈ ਥੋੜ੍ਹਾ ਜਿਹਾ ਵੇਚਣ ਨੂੰ ਨਾ ਢਿੱਲਾ ਰੱਖਿਓ, ਥੋੜ੍ਹਾ ਜਿਹਾ, ਇਹ ਵੀ ਨਹੀਂ ਕਿ ਤੁਹਾਡੀ ਦਸਤਾਰ ਢਿੱਲੀ ਹੋ ਜਾਵੇ, ਬਸ ਥੋੜ੍ਹਾ ਵੇਚਣ ਢਿੱਲਾ ਰੱਖਣਾ, ਜ਼ਿਆਦਾ ਦਬਣਾ ਨਹੀਂ ਹੈਗਾ, ਇਸ ਤਰ੍ਹਾਂ ਰੱਖ ਦੇਣਾ, ਥੋੜ੍ਹਾ ਜਿਹਾ ਇਸ ਜਗ੍ਹਾ ਤੋਂ ਦਬਾ ਲਿਓ। ਅਤੇ ਹੁਣ ਆਪਾਂ ਲਗਾਉਣ ਜਾ ਰਹੇ ਹਾਂ ਜੀ ਇੱਧਰੋਂ ਜੀ ਥਰਡ ਪੇਜ ਅਤੇ ਇੱਧਰੋਂ ਫੋਰਥ ਪੇਜ, ਇਹਦੇ ਵਿੱਚ ਵੀ ਦੋਨੋਂ ਪਹਿਲੇ ਬਰਾਬਰ ਕਰਾਂਗੇ ਪਹਿਲਾਂ ਇਸ ਤਰੀਕੇ ਨਾਲ, ਠੀਕ ਹੈ। ਇਸ ਪੇਜ ਨੂੰ ਪਿੱਛੇ ਠੁੱਡੀ ਬਣਾਂਗੇ, ਇਸ ਤਰ੍ਹਾਂ ਲਗਾ ਲੈਣਾ ਇਹਨੂੰ, ਇਹਨੂੰ ਪਹਿਲੇ ਪੇਜ ਨਾਲੋਂ ਥੋੜ੍ਹਾ ਨੀਵਾਂ ਲਗਾਵਾਂਗੇ ਆਪਾਂ ਜਿਵੇਂ ਕਿ ਤੁਹਾਨੂੰ ਦੱਸ ਰਹੇ ਹਾਂ। ਹੁਣ ਜਿੱਥੇ ਤੁਹਾਨੂੰ ਖਾਲੀ ਲੱਗਦਾ ਉਸ ਜਗ੍ਹਾ 'ਤੇ ਇਸ ਪੇਜ ਨਾਲ ਭਰ ਦਾਂਗੇ, ਇਸ ਤਰ੍ਹਾਂ ਪੇਜ ਨੂੰ ਲਗਾ ਲੈਣਾ ਅਤੇ ਉੱਪਰਲੇ ਹਿੱਸੇ ਤੋਂ ਮੋਟਾ ਕਰਨਾ ਇਸ ਪੇਜ ਨੂੰ ਵੀ। ਇਹਦੇ ਵਿੱਚ ਵੀ ਤੁਸੀਂ ਦੋਨੋਂ ਪੱਲਿਆਂ ਦੇ ਵੱਟ ਬਣਾ ਸਕਦੇ ਹੋ, ਮਤਲਬ ਇਸ ਤਰੀਕੇ ਨਾਲ ਉੱਪਰ ਇਕੱਠਾ ਕਰਕੇ ਇਸ ਤਰ੍ਹਾਂ ਫੋਲਡ ਕਰ ਦਿਓ, ਫਿਰ ਨਿਚਲੇ ਹਿੱਸੇ ਤੋਂ ਇਸ ਪੇਜ ਨੂੰ ਇਕੱਠਾ ਕਰ ਦਿਓ। ਇਹਦਾ ਫਾਇਦਾ ਇਹ ਹੁੰਦਾ ਕਿ ਸਾਨੂੰ ਵੱਟ ਜ਼ਿਆਦਾ ਪੈਂਦੇ ਦਸਤਾਰ ਦੇ ਵਿੱਚ, ਇਸ ਚੀਜ਼ ਦਾ ਇਹੀ ਫਾਇਦਾ ਮੇਨ। ਹੁਣ ਇੱਕ ਕਰਕੇ ਆਪਾਂ ਦੋਨੋਂ ਪੇਜਾਂ ਦੇ ਵੱਟ ਇਕੱਠੇ ਕਰ ਲੈਣੇ ਨੇ ਇਸ ਤਰੀਕੇ ਨਾਲ, ਥੱਲੇ ਇਕੱਠੇ ਕਰ ਲੈਣੇ, ਫਿਰ ਉੱਪਰਲੇ ਹਿੱਸੇ ਇਕੱਠੇ ਕਰ ਲੈਣੇ ਨੇ। ਠੀਕ ਹੈ ਜੀ, ਇਸ ਤਰੀਕੇ ਨਾਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਜ਼ਿਆਦਾ ਪੇਚਾਂ 'ਤੇ ਦਬਾਅ ਨਹੀਂ ਪਾਉਣਾ ਆਪਾਂ, ਜ਼ਿਆਦਾ ਚੌੜੇ ਨਹੀਂ ਕਰਨਾ ਹੈਗਾ। ਹੁਣ ਆਪਾਂ ਥੋੜ੍ਹੀ ਜਿਹੀ ਸ਼ੇਪ ਵੱਲ ਧਿਆਨ ਦਈਏ, ਥੋੜ੍ਹਾ ਜਿਹਾ ਦੁਸਤਾਨ ਦਬਾਵਾਂਗੇ ਤਾਂ ਜੋ ਆਪਣੀ ਦਸਤਾਰ ਥੋੜ੍ਹੀ ਜਿਹੀ ਚੌੜੀ ਲੱਗੇ, ਠੀਕ ਹੈ ਜੀ। ਹੁਣ ਆਪਾਂ ਲਗਾਉਣ ਜਾ ਰਹੇ ਹਾਂ ਜੀ ਸੈਕਿੰਡ ਲਾਸਟ ਪੇਜ। ਇਸ ਪੇਜ ਨੂੰ ਲਗਾਉਣ ਲਈ ਮੈਂ ਹਮੇਸ਼ਾ ਇੱਕੋ ਹੀ ਹਦਾਇਤ ਦਿੰਦਾ ਤੁਹਾਨੂੰ ਕਿ ਇਸ ਪੇਜ ਦੇ ਵਿੱਚ ਆਪਾਂ ਅੰਦਰਲਾ ਪੱਲਾ ਉੱਪਰ ਇਕੱਠਾ ਕਰ ਦੇਣਾ ਤਾਂ ਜੋ ਇਹ ਜਗ੍ਹਾ ਤੋਂ ਦਸਤਾਰ ਦੀ ਸ਼ੇਪ ਆ ਸਕੇ, ਅਤੇ ਸਿੰਗਲ ਪੱਲਾ ਨੀਚੇ ਰੱਖਣਾ ਤਾਂ ਜੋ ਕੰਧ ਦੇ ਉੱਪਰ ਜ਼ਿਆਦਾ ਮੋਟਾ ਹਿੱਸਾ ਨਾ ਆਵੇ। ਇਸ ਤਰੀਕੇ ਨਾਲ ਲਗਾ ਲੈਣਾ ਪੇਜ ਨੂੰ। ਇਸ ਪੇਜ ਨੂੰ ਵੀ ਆਪਾਂ ਉੱਪਰ ਮੋਟਾ ਕਰਾਂਗੇ ਇਸ ਤਰੀਕੇ ਨਾਲ ਹੱਥ ਨਾਲ। ਠੀਕ ਹੈ ਜੀ, ਇਸ ਪੇਜ ਨੂੰ ਇੱਥੇ ਇੱਦਾਂ ਫੋਲਡ ਕਰ ਦਾਂਗੇ, ਦੇਖੋ ਜਿਵੇਂ ਵੀ ਮੈਂ ਕੀਤਾ ਹੁਣ ਇਸ ਤਰ੍ਹਾਂ। ਤੁਸੀਂ ਚਾਹੋ ਤਾਂ ਇਹਨੂੰ ਵੱਡਾ ਵਾਲਾ ਪੇਜ ਵੀ ਰੱਖ ਸਕਦੇ ਹੋ ਨਾ, ਜਾਂ ਸਾਫ ਪੇਜ ਵੀ ਰੱਖ ਸਕਦੇ ਹੋ। ਅੱਜ ਮੈਂ ਤੁਹਾਡੇ ਲਈ ਵੱਡਾ ਵਾਲਾ ਪੇਜ ਹੀ ਰੱਖਾਂਗਾ, ਉੱਪਰੋਂ ਵੀ ਫੋਲਡ ਕਰਾਂਗੇ ਇਸ ਪੇਜ ਨੂੰ। ਇਸ ਤਰ੍ਹਾਂ ਪੇਜ ਨੂੰ ਲਗਾ ਲੈਣਾ ਪਿੱਛੇ, ਠੀਕ ਹੈ ਜੀ। ਇਸ ਪੇਜ ਨੂੰ ਮੂੰਹ ਦੇ ਵਿੱਚ ਪਕੜ ਲੈਣਾ ਸੀ ਇਸ ਤਰ੍ਹਾਂ, ਸਲਾਈ ਮਦਦ ਨਾਲ। ਹੁਣ ਆਪਾਂ ਪਿੱਚਰ ਨੂੰ ਸਾਫ਼ ਕਰਾਂਗੇ, ਇਸ ਪੇਜ ਨੂੰ ਪਿੱਛੇ ਲਗਾ ਲਈ ਪਹਿਲਾਂ, ਉੱਪਰਲੇ ਹਿੱਸੇ ਤੋਂ ਥੋੜ੍ਹਾ ਪਿੱਚਰ ਨੂੰ ਸਾਫ਼ ਕਰਾਂਗੇ ਅਤੇ ਇਹ ਜਗ੍ਹਾ ਤੋਂ ਵੀ ਥੋੜ੍ਹੀ ਜਿਹੀ ਸੈਟਲਮੈਂਟ ਕਰਾਂਗੇ ਜਿਹੜੇ ਪੇਜ ਤੁਹਾਨੂੰ ਲੱਗਦੇ ਹੋਣ ਕਿ ਉੱਪਰ ਥੱਲੇ ਨੇ। ਮੈਂ ਤਾਂ ਇੱਕ ਵਾਰੀ ਸਲਾਈ ਨਹੀਂ ਮੰਨਣਾ, ਉੱਪਰ ਸਾਰੇ ਪੇਜ ਇੱਕੋ ਲਗਾ ਲਈਏ ਜਗ੍ਹਾ ਤੋਂ ਸਲਾਈ ਨਹੀਂ ਮੰਨਣ ਨਾਲ। ਦੇਖੋ ਆਪਾਂ ਵੱਡਾ ਵਾਲੀ ਦਸਤਾਰ 'ਚ ਜਾਂਦੇ ਤਾਂ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਜ਼ਿਆਦਾ ਸਫਾਈ ਦੇਣੀ ਹੈ। ਆਪਾਂ ਬਸ ਸ਼ੇਪ ਵੱਲ ਜ਼ਿਆਦਾ ਧਿਆਨ ਦੇਣਾ ਦਸਤਾਰ ਦੀ, ਠੀਕ ਹੈ ਜੀ। ਹੁਣ ਦੂਜੇ ਸੀਜ਼ਨ ਵੱਲ ਨਾ ਉੱਪਰਲੇ ਪੇਜ ਹੈ ਜਿਹੜੇ, ਉਹਨਾਂ ਨੂੰ ਸਾਫ਼ ਕਰ ਲਈਏ ਥੋੜ੍ਹਾ ਜਿਹਾ, ਇੱਕ ਇੱਕ ਕਰਕੇ ਸਾਰੇ ਪੇਜ ਕਰ ਲਈਏ ਸਾਫ਼।
ਇਸ ਤਰੀਕੇ ਨਾਲ ਕਰ ਲੈਣਾ ਸਾਰੇ ਵਿੱਚ ਅਨੁਸਾਰ ਇੱਕ ਇੱਕ ਕਰਕੇ। ਹੁਣ ਆਪਾਂ ਲਗਾਉਣ ਜਾ ਰਹੇ ਹਾਂ ਜੀ ਲਾਸਟ ਪੇਜ, ਇਹਨੂੰ ਕਿਸ ਤਰ੍ਹਾਂ ਲਗਾਉਣਾ ਉਹ ਵੀ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਅਸੀਂ ਨੀਚੇ ਦੇ ਹਿੱਸੇ ਨੂੰ ਉੱਪਰ ਕਰਾਂਗੇ ਅਤੇ ਉੱਪਰਲੇ ਹਿੱਸੇ ਨੂੰ ਨੀਚੇ ਕਰਾਂਗੇ। ਇਸ ਤਰੀਕੇ ਨਾਲ ਪੇਜ ਨੂੰ ਖੋਲ੍ਹ ਲੈਣਾ ਚੰਗੀ ਤਰ੍ਹਾਂ। ਤਰੀਕੇ ਇਸ ਪੇਜ ਨੂੰ ਲਗਾਉਣ ਦੇ, ਜਾਂ ਤਾਂ ਤੁਸੀਂ ਇਸ ਪੇਜ ਨੂੰ ਸਿੱਧਾ ਲਗਾ ਲਓ ਜਾਂ ਇਹਨੂੰ ਕਲਗੀ ਵਾਲਾ ਪੇਜ ਲਗਾ ਲਓ। ਇਸ ਪੇਜ ਵੱਟ ਪਾ ਲਿਓ ਜੇ ਤੁਹਾਨੂੰ ਲੋੜ ਹੈਗੀ ਵੱਟ ਪਾਉਣ ਦੀ, ਇਹ ਤੁਹਾਡੀ ਮਰਜ਼ੀ ਆ ਕਿ ਇਸ ਪੇਜ ਨੂੰ ਤੁਸੀਂ ਸਿੱਧਾ ਲਗਾਉਣਾ ਚਾਹੁੰਦੇ ਹੋ, ਠੀਕ ਹੈ ਜੀ, ਇਸ ਕਿ ਨਾ ਸਿੱਧਾ ਵੀ ਲਗਾ ਸਕਦੇ ਹੋ, ਠੀਕ ਹੈ ਜੀ, ਜਾਂ ਇਹਨੂੰ ਕਲਗੀ ਵਾਲਾ ਪੇਜ ਕਰਕੇ ਵੀ ਲਗਾ ਸਕਦੇ ਹੋ। ਉਸ ਤੋਂ ਪਹਿਲਾਂ ਅਸੀਂ ਇਸ ਕਿਸੇ ਤੋਂ ਇਹ ਪੇਜ ਦੀ ਥੋੜ੍ਹੀ ਸਫਾਈ ਕਰਾਂਗੇ। ਹੁਣ ਪਿੰਨ ਦੀ ਮੰਨ ਲਾ ਇਸ ਜਗ੍ਹਾ 'ਤੇ ਕਲਗੀ ਲਗਾਵਾਂਗੇ ਆਪਾਂ। ਪਹਿਲਾਂ ਤਾਂ ਸੈਂਟਰ ਦੇ ਵਿੱਚ ਕਲਗੀ ਨੂੰ ਘੁਮਾ ਲਾਂਗੇ ਇਸ ਜਗ੍ਹਾ ਤੋਂ, ਫਿਰ ਇਹਨਾਂ ਸੈਂਟਰ ਦੇ ਵਿੱਚ ਐਨ ਨੱਕ ਦੇ ਸੈਂਟਰ ਦੇ ਵਿੱਚ ਉੱਪਰ ਜਿੱਲੇ ਜਾ ਕੇ ਇਸ ਜਗ੍ਹਾ 'ਤੇ ਪਿੰਨ ਲਗਾਵਾਂਗੇ ਅਤੇ ਨਾਲ ਕਲਗੀ ਨੂੰ ਘੁਮਾ ਲਾਂਗੇ ਇਸ ਤਰੀਕੇ ਨਾਲ। ਬਾਕੀ ਬਸ ਇਸ ਨੂੰ ਅਸੀਂ ਵਿੱਚ ਲਗਾ ਦਾਂਗੇ ਇਸ ਤਰ੍ਹਾਂ। ਹੁਣ ਉੱਪਰ ਦੀ ਸਾਈਡ 'ਤੇ ਆਪਾਂ ਦੋ ਪਿੰਨਾਂ ਲਗਾਵਾਂਗੇ ਤਾਂ ਜੋ ਆਪਣਾ ਪੇਜ ਹੈ ਜਿਹੜਾ ਆਪਣੀ ਜਗ੍ਹਾ 'ਤੇ ਟਿਕਿਆ ਰਹੇ। ਇਸ ਤਰ੍ਹਾਂ ਦਸਤਾਨ ਥੋੜ੍ਹੇ ਆਪਣੀ ਜਗ੍ਹਾ 'ਤੇ ਲੈ ਕੇ ਆਵਾਂਗੇ ਕਿ ਜੋ ਆਪਣੀ ਕਲਗੀ ਅਤੇ ਪੇਜ ਤੁਹਾਨੂੰ ਅੱਖਾਂ ਦੇ ਉੱਪਰ ਬਰਾਬਰ ਲੈਣੀ ਇਸ ਜਗ੍ਹਾ ਤੋਂ। ਜੇ ਤੁਸੀਂ ਚਾਹੋ ਤਾਂ ਇਸੇ ਸਾਨੂੰ ਸਾਫ਼ ਵੀ ਕਰ ਸਕਦੇ, ਵੈਸੇ ਵਟਾ ਲਈ ਦਾ ਸਾਰਾ, ਜੇ ਨਾ ਵੀ ਕਰੋਗੇ ਤਾਂ ਕੋਈ ਚੱਕਰ ਨਹੀਂ, ਸਲਾਈ ਨਹੀਂ ਮੰਨਣਾ, ਵੈਸੇ ਕਰ ਸਕਦੇ ਹੋ। ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਵਟਾ ਲਈ ਦਾ ਸਾਰਾ, ਜ਼ਿਆਦਾ ਸਫਾਈ ਦੇਣ ਦੀ ਲੋੜ ਨਹੀਂ, ਕੋਈ ਵਟ ਰਹਿ ਗਿਆ ਤਾਂ ਕੋਈ ਚੱਕਰ ਨਹੀਂ। ਹੁਣ ਥੋੜ੍ਹੀ ਜਿਹੀ ਦਸਤਾਰ ਦੀ ਸ਼ੇਪ ਆ ਜਿਹੜੀ ਮੇਨਟੇਨ ਕਰਾਂਗੇ ਆਪਾਂ ਵੀ ਇਸ ਤਰੀਕੇ ਨਾਲ, ਵਿੱਚ ਨੂੰ ਥੋੜ੍ਹੇ ਮੋਟੇ ਕਰ ਲਾਂਗੇ। ਹੁਣ ਉੱਪਰਲੇ ਹਿੱਸੇ ਤੋਂ ਉੱਪਰਲੇ ਪੇਜ ਨੂੰ ਲਗਾਵਾਂਗੇ ਆਪਾਂ। ਸਭ ਤੋਂ ਪਹਿਲਾਂ ਤਾਂ ਉੱਪਰਲੇ ਪੇਜ ਨੂੰ ਇਸ ਤਰ੍ਹਾਂ ਖਿੱਚ ਲੈਣਾ ਆਪਾਂ, ਇਸ ਤਰ੍ਹਾਂ ਖਿੱਚ ਕੇ ਖੋਲ੍ਹ ਲੈਣਾ, ਜਿਹੜੀ ਸਾਈਡ ਜਿਸ ਸਾਈਡ 'ਤੇ ਉਹਨੂੰ ਉਸ ਸਾਈਡ 'ਤੇ ਖੋਲ੍ਹ ਲੈਣਾ ਇਸ ਤਰ੍ਹਾਂ। ਇਸ ਪੇਜ ਨੂੰ ਪਿੱਛੇ ਖਿੱਚ ਲੈਣਾ, ਫਿਰ ਸੱਜੇ ਹੱਥ ਦੀ ਮੰਗ ਖੱਬੇ ਹੱਥ ਨਾਲ ਪੇਜ ਨੂੰ ਉੱਧਰ ਕਰ ਦੇਣਾ ਇਸ ਤਰ੍ਹਾਂ। ਅਤੇ ਹੁਣ ਖੱਬੇ ਹੱਥ ਨਾਲ ਪੇਜ ਚੱਕ ਕੇ ਸੱਜੇ ਹੱਥ ਦੀ ਮੰਗ ਨਾਲ ਪੇਜ ਨੂੰ ਉੱਧਰ ਕਰ ਦੇਣਾ ਇਸ ਤਰ੍ਹਾਂ। ਦੂਜੇ ਸ਼ੀਸ਼ੇ ਦੀ ਮਦਦ ਨਾਲ ਉੱਪਰਲੇ ਹਿੱਸੇ ਤੋਂ ਵਿੱਚਾਂ ਦੀ ਸਪੇਸ ਆ ਜਿਹੜੀ ਬਰਾਬਰ ਕਰਾਂਗੇ, ਸਫਾਈ ਨਹੀਂ ਬਸ ਸਪੇਸ ਬਰਾਬਰ ਕਰਨੀ ਆਪਾਂ। ਕਈ ਵਾਰ ਹੁੰਦਾ ਕਿ ਜਦੋਂ ਆਪਾਂ ਉੱਪਰਲਾ ਹਿੱਸਾ ਕੰਪਲੀਟ ਕਰਦੇ ਹਾਂ ਤਾਂ ਉੱਪਰਲੇ ਪਿੱਚਾਂ ਦੀ ਸਪੇਸ ਆ ਜਿਹੜੀ ਘੱਟ ਵੱਧ ਜਾਂਦੀ ਹੈ। ਸਫਾਈ ਤਾਂ ਮੈਂ ਨੋਰਮਲੀ ਕਰ ਰਿਹਾ, ਜਿੰਨੀ ਕੁ ਮਤਲਬ ਵੱਟ ਵਾਲੀ ਪੱਗ 'ਚ ਹੋਣੀ ਚਾਹੀਦੀ ਹੈ। ਹੁਣ ਆਪਾਂ ਤੁਹਾਨੂੰ ਲਗਾ ਕੇ ਦਿਖਾਉਂਦੇ ਜੀ ਪਿਛਲਾ ਪੇਜ, ਮਤਲਬ ਕਿ ਜਿਹੜਾ ਲਾਸਟ ਪੇਜ ਹੁੰਦਾ ਸਾਡਾ ਉਹ। ਠੀਕ ਹੈ ਜੀ, ਇਸ ਪੇਜ ਨੂੰ ਲਗਾਉਣ ਲਈ ਸਭ ਤੋਂ ਪਹਿਲਾਂ ਤਾਂ ਅਸੀਂ
ਇਹਨਾਂ ਦੋਨਾਂ ਪੇਜਾਂ ਨੂੰ ਖਿੱਚਾਂਗੇ, ਫਿਰ ਪਹਿਲਾਂ ਤਾਂ ਰਾਈਟ ਸਾਈਡ ਤੋਂ ਅੰਦਰ ਕਰਾਂਗੇ, ਫਿਰ ਲੈਫਟ ਸਾਈਡ ਤੋਂ ਅੰਦਰ ਕਰਾਂਗੇ। ਇੱਕ ਗੱਲ ਦਾ ਧਿਆਨ ਰੱਖੋ ਕਿ ਆਪਣੀ ਲੁੱਪੀ ਜਿਹੜੀ ਜ਼ਿਆਦਾ ਚੌੜੀ ਨਾ ਹੋਵੇ, ਦੋਨੋਂ ਕੋਰਨਰਸ ਪਕੜ ਲਾਂਗੇ ਇਸ ਜਗ੍ਹਾ ਤੋਂ, ਇਸ ਪੇਜ ਨੂੰ ਨੀਚੇ ਖਿੱਚਦੇ ਹੋਏ ਕਿ ਪੇਜ ਢਿੱਲਾ ਨਾ ਹੋਵੇ ਸਾਡਾ, ਇਸ ਤਰੀਕੇ ਨਾਲ ਲੁੱਪੀ ਨੂੰ ਉੱਪਰ ਲੈ ਜਾਣਾ। ਅਤੇ ਲੈਫਟ ਸਾਈਡ ਤੋਂ ਵੀ ਇਸੇ ਤਰ੍ਹਾਂ ਕਰਨਾ ਹੈ, ਪੇਜ ਨੂੰ ਉੱਪਰ ਖਿੱਚ ਕੇ ਚੰਗੀ ਤਰ੍ਹਾਂ ਖਿੱਚ ਲੈਣਾ, ਖਿੱਚ ਕੇ ਇਸ ਤਰ੍ਹਾਂ ਲਗਾ ਲੈਣਾ ਦਸਤਾਰ 'ਚ, ਠੀਕ ਹੈ। ਫਿਰ ਸਿਲਾਈ ਦੀ ਮਦਦ ਨਾਲ ਜੇ ਕੋਈ ਢਿੱਲਾ ਕੱਪੜਾ ਹੈ ਤਾਂ ਉਹਨੂੰ ਇਸ ਤਰ੍ਹਾਂ ਅੰਦਰ ਕਰ ਦੇਣਾ, ਅਤੇ ਕੇਸਾਂ ਨੂੰ ਵੀ ਅੰਦਰ ਕਰ ਲਾਂਗੇ ਦੋਨੋਂ ਸਾਈਡਸ ਤੋਂ। ਅਤੇ ਹੁਣ ਆਪਣੀ ਦਸਤਾਰ ਕੰਪਲੀਟ ਹੈ ਜੀ, ਵਟਾਂ ਵਾਲੀ 6 ਮੀਟਰ ਦੀ ਦਸਤਾਰ, ਜਿਹੜੇ ਕਿ ਮੇਰੇ ਛੋਟੇ ਵੀਰਾਂ ਨੂੰ ਬਹੁਤ ਦੇਰ ਤੋਂ ਇਸ ਦਸਤਾਰ ਦੀ ਵੇਟ ਸੀਗੀ, ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਵੀਰਾਂ ਦਾ ਇਸ ਵੀਡੀਓ ਨੂੰ ਦੇਖਣ ਲਈ, ਜੇ ਪਸੰਦ ਆਏ ਤਾਂ ਸ਼ੇਅਰ ਜ਼ਰੂਰ ਕਰਿਓ। ਥੋੜ੍ਹੀ ਜਿਹੀ ਮਤਲਬ ਕਹਿ ਲਓ ਆਪਾਂ ਉਸ ਸ਼ੇਪ 'ਚ ਵੀ ਬਣੇ ਜਿਵੇਂ ਕਿ ਆਪਣੇ ਤਰਸੇਮ ਜਸਰ ਭਾਈ ਬਣਦੇ ਨੇ, ਇਹ ਛੋਟੀ ਦਸਤਾਰ ਦੇ ਵਿੱਚ ਉਹਦਾ ਟਿਡੋ ਦੇ ਲਾ ਸਮਾਲ ਦਸਤਾਰ ਦੇ ਵਿੱਚ, ਠੀਕ ਹੈ ਜੀ। ਅਤੇ ਹੁਣ ਮੇਰੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ, ਅਤੇ ਲਾਈਕ ਅਤੇ ਸ਼ੇਅਰ ਤਾਂ ਤੁਸੀਂ ਆਪਣੇ ਕਰ ਹੀ ਦੇਣੀ ਹੈ ਜੇ ਤੁਹਾਨੂੰ ਪਸੰਦ ਆਉਂਦੀ ਹੈ। ਵੈਸੇ ਮੇਰੇ ਵੀਰਾਂ ਨੂੰ ਕਹਿਣ ਦੀ ਲੋੜ ਤਾਂ ਨਹੀਂ ਪੈਂਦੀ, ਮੇਰੇ ਹੋਰ ਟਿਟੋਰੀਅਲ ਜੀ ਤੁਸੀਂ ਮੇਰਾ ਯੂਟਿਊਬ ਚੈਨਲ ਵੀ ਸਬਸਕ੍ਰਾਈਬ ਕਰ ਲਿਓ, ਅਤੇ ਜੇ ਤੁਸੀਂ ਬੈਲ ਆਈਕਨ ਨੂੰ ਕਲਿੱਕ ਕਰ ਲਓਗੇ ਤਾਂ ਤੁਹਾਨੂੰ ਮੇਰੀ ਪਾਈ ਵੀਡੀਓ ਸਭ ਤੋਂ ਪਹਿਲਾਂ ਸ਼ੋ ਹੋਏਗੀ, ਠੀਕ ਹੈ। ਇਸੇ ਤਰ੍ਹਾਂ ਸਪੋਰਟ ਕਰਦੇ ਰਹੋ, ਅਤੇ ਤੁਸੀਂ ਮੈਨੂੰ ਕਿਸੇ ਵੀ ਸੋਸ਼ਲ ਸਾਈਟ 'ਤੇ ਜੁਆਇਨ ਕਰ ਸਕਦੇ ਹੋ ਐਜ਼ ਏ ਨਵਦੀਪ ਸਿੰਘ ਲੁਧਿਆਣਵੀ, ਤਾਂ ਜੋ ਤੁਹਾਨੂੰ ਉੱਥੇ ਵੀ ਮੇਰੀ ਵੀਡੀਓ ਦੀ ਅਪਡੇਟ ਮਿਲ ਜਾਵੇ ਜਿਹੜੀ ਮੈਂ ਯੂਟਿਊਬ 'ਤੇ ਪਾਵਾਂਗਾ, ਅਤੇ ਰੈਗੂਲਰਲੀ ਤੁਹਾਨੂੰ ਮੈਂ ਵੀਡੀਓਜ਼ ਦਿੰਦਾ ਰਹਾਂਗਾ। ਅਤੇ ਹੁਣ ਜਿਹੜੀ ਵੀ ਤੁਹਾਨੂੰ ਦਸਤਾਰ ਦੀ ਵੀਡੀਓ ਚਾਹੀਦੀ ਹੋਵੇਗੀ ਤਾਂ ਤੁਸੀਂ ਉਹਨੂੰ ਕਮੈਂਟ ਦੇ ਵਿੱਚ ਲਿਖ ਦਿਓ ਇਸ ਵੀਡੀਓ 'ਤੇ, ਅਤੇ ਜਦੋਂ ਮੈਂ ਅੱਗੇ ਵੀਡੀਓ ਲੈ ਕੇ ਆਊਂਗਾ ਤਾਂ ਤੁਹਾਡੇ ਲਈ ਜਲਦ ਤੋਂ ਜਲਦ ਕੋਸ਼ਿਸ਼ ਕਰਾਂਗੇ ਉਸ ਵੀਡੀਓ ਨੂੰ ਲੈ ਕੇ ਆਉਣ ਦੀ। ਹੁਣ ਮੇਰੇ ਵੀ ਇਜਾਜ਼ਤ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।